ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਬਹੁਤ ਸਾਰੇ ਦਰਸ਼ਕ ਪੁੱਛਦੇ ਆ ਸੁਖਵਿੰਦਰ ਜੀ ਦੱਸੋ ਕਿ ਸਾਡਾ ਵਿਆਹ ਕਦੋਂ ਹੋਏਗਾ, ਕਿਸ ਦਿਸ਼ਾ 'ਚ ਹੋਏਗਾ, ਵਿਆਹ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਜੇ ਆ ਰਹੀ ਹੈ ਤਾਂ ਉਹਦੇ ਕੀ ਉਪਾਅ ਹੋ ਸਕਦੇ ਆ। ਆਓ ਜੀ ਪਿਆਰੇ ਦਰਸ਼ਕੋ, ਅੱਜ ਇਸੇ ਦੇ ਉੱਤੇ ਹੀ ਆਪਾਂ ਅੱਜ ਦਾ ਟੋਪਿਕ ਸ਼ੁਰੂ ਕਰਦੇ ਹਾਂ। ਵਿਆਹ ਦਾ ਦੂਜਾ ਨਾਮ ਹੈ ਗ੍ਰਸਤ ਧਰਮ। ਸੋ ਵਿਆਹ ਜੀਵਨ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਘਟਨਾ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਵਿਆਹ ਸਵਰਗ ਦੇ ਵਿੱਚ ਤੈਅ ਹੁੰਦਾ ਹੈ, ਫਿਰ ਵੀ ਵਰ ਜਾਂ ਕੰਨਿਆ ਉਹਦੇ ਮਾਤਾ ਪਿਤਾ ਨੂੰ ਚਿੰਤਾਵਾਂ ਘੇਰੇ ਰੱਖਦੀ ਹੈ। ਕਿੱਥੇ ਵਿਆਹ ਹੋਏਗਾ, ਕਿੱਦਾਂ ਦਾ ਮੁੰਡਾ ਹੋਏਗਾ, ਕਿਹੜੀ ਦਿਸ਼ਾ 'ਚ ਹੋਏਗਾ, ਬਹੁਤ ਸਾਰੇ ਸਵਾਲਾਂ ਦੀ ਪੁਛਾਰ ਹੁੰਦੀ ਹੈ। ਆਓ ਅਸੀਂ ਇਹਨਾਂ ਸਵਾਲਾਂ ਦਾ ਅੱਜ ਜਵਾਬ ਦੇਈਏ। ਵਿਆਹ ਦਾ ਸਥਾਨ ਅਤੇ ਦਿਸ਼ਾ, ਸਭ ਤੋਂ ਪਹਿਲੀ ਗੱਲ, ਇੱਕ ਜਾਤਕ ਦਾ ਜਨਮ ਲਗਨ ਜਿਹੜਾ ਹੈ ਉਹਦੇ ਵਿੱਚ ਸੱਤਵਾਂ ਸਥਾਨ ਜਿਹੜਾ ਹੈ ਉਸ ਤੋਂ ਵ੍ਰਿਸ਼ਭ ਕੁੰਭ ਲਗਨ ਕੁੰਡਲੀ ਦੇ ਵਿੱਚ ਸੱਤਵੇਂ ਸਥਾਨ ਤੋਂ ਵ੍ਰਿਸ਼ਭ ਕੁੰਭ ਜਾਂ ਵ੍ਰਿਸ਼ਚਿਕ ਰਾਸ਼ੀ ਹੋਵੇ ਤਾਂ ਉਹਦਾ ਵਿਆਹ ਜਿਹੜਾ ਹੈ ਪਿਤਾ ਦੇ ਘਰ ਤੋਂ 70 ਕਿਲੋਮੀਟਰ ਦੂਰ ਹੋਏਗਾ। ਸੋ ਜਾਤਕ ਦੀ ਜਨਮ ਕੁੰਡਲੀ ਦੇ ਵਿੱਚ ਸੱਤਵੇਂ ਸਥਾਨ ਦੇ ਵਿੱਚ ਮਿਥੁਨ ਕੰਨਿਆ ਤਨੂ ਜਾਂ ਮੀਨ ਰਾਸ਼ੀ ਹੋਵੇ ਤਾਂ ਉਹਦਾ ਜਿਹੜਾ ਵਿਆਹ ਹੈ ਪਿਤਾ ਦੇ ਘਰ ਤੋਂ 100 ਤੋਂ ਲੈ ਕੇ 120 ਕਿਲੋਮੀਟਰ ਦੂਰ ਤੱਕ ਹੋਵੇਗਾ। ਜਨਮ ਲਗਨ ਕੁੰਡਲੀ ਦੇ ਵਿੱਚ ਸੱਤਵੇਂ ਸਥਾਨ ਦੇ ਵਿੱਚ ਮੇਸ਼, ਕਰਕ, ਤੁਲਾ ਜਾਂ ਮਕਰ ਰਾਸ਼ੀ ਹੋਵੇ ਤਾਂ ਵਿਆਹ ਪਿਤਾ ਦੇ ਘਰ ਤੋਂ 200 ਕਿਲੋਮੀਟਰ ਦੂਰ ਹੋਵੇਗਾ। ਸੱਤਵੇਂ ਸਥਾਨ ਦੇ ਵਿੱਚ ਗੁਰੂ ਜਾਂ ਸ਼ੁੱਕਰ ਦੋਨਾਂ 'ਚੋਂ ਜਿਹੜਾ ਵੀ ਬਲਵਾਨ ਗ੍ਰਹਿ ਬੈਠਾ ਹੋਵੇਗਾ ਉਸ ਗ੍ਰਹਿ ਦੀ ਦਿਸ਼ਾ ਦੇ ਵਿੱਚ ਜਾਤਕ ਦਾ ਵਿਆਹ ਹੋਵੇਗਾ। ਹੁਣ ਸਵਾਲ ਇਹ ਹੈ ਕਿ ਕਿਸ ਰਾਸ਼ੀ ਦੇ ਵਿਅਕਤੀ ਦੇ ਨਾਲ ਵਿਆਹ ਹੋਵੇਗਾ। ਜਾਤਕ ਦੇ ਲਗਨੇਸ਼ ਜਾਂ ਸਤਮੇਸ਼ ਦੀ ਰਾਸ਼ੀ ਉੱਚ ਜਾਂ ਨੀਚ ਦੀ ਹੋਵੇ ਤਾਂ ਵਿਆਹ ਜਿਹੜਾ ਹੈ ਚੰਦਰ ਜਾਂ ਲਗਨ ਰਾਸ਼ੀ ਵਾਲੀ ਕੰਨਿਆ ਜਾਂ ਵਰ ਦੇ ਨਾਲ ਹੋਵੇਗਾ। ਚੰਦਰ ਰਾਸ਼ੀ, ਸਥਿਰ ਰਾਸ਼ੀ ਅਤੇ ਉਸੇ ਨਵਮਾਸ਼ ਦੇ ਪੰਚਮ ਜਾਂ ਨਵਮ ਸਥਾਨ ਦੇ ਵਿੱਚ ਸਥਿਤ ਰਾਸ਼ੀ ਦੇ ਵਿੱਚ ਜਿਹੜਾ ਬਲਵਾਨ ਹੋਵੇ ਉਸੇ ਹੀ ਰਾਸ਼ੀ ਦੇ ਵਰ ਜਾਂ ਕੰਨਿਆ ਦੇ ਨਾਲ ਵਿਆਹ ਹੋਵੇਗਾ। ਸੋ ਪਿਆਰੇ ਦਰਸ਼ਕੋ, ਇਹ ਤਾਂ ਵਿਆਹ ਦੀ ਗੱਲਬਾਤ ਹੈ, ਲੇਕਿਨ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਵਿਆਹ ਹੋ ਨਹੀਂ ਪਾ ਰਿਹਾ ਜਾਂ ਕੋਈ ਸਹੀ ਸੂਟੇਬਲ ਮੈਚ ਨਹੀਂ ਮਿਲ ਪਾ ਰਿਹਾ ਤਾਂ ਦੁਨੀਆਂ ਦੇ ਵਿੱਚ ਤੁਸੀਂ ਕਿਸੇ ਵੀ ਕੋਨੇ ਦੇ ਵਿੱਚੋਂ ਤੁਹਾਡਾ ਉਪਾਅ ਅਵਸ਼ਯ ਹੋ ਜਾਏਗਾ। ਸਾਡੇ ਕੋਲ ਬਹੁਤ ਸਾਰੇ ਲੋਕ ਇੱਦਾਂ ਦੀ ਪ੍ਰੋਬਲਮਸ ਲੈ ਕੇ ਆਏ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ, ਅਸੀਂ ਉਹਨਾਂ ਦੀਆਂ ਰੈਮਡੀਜ਼ ਕੀਤੀਆਂ ਅਤੇ ਵਿਦਇਨ 43 ਡੇਜ਼ ਉਹਨਾਂ ਦੇ ਯੋਗ ਬਣਨੇ ਸ਼ੁਰੂ ਹੋ ਗਏ ਅਤੇ ਜਿਸ ਟਾਈਮ 'ਤੇ ਅਸੀਂ ਦੱਸਿਆ ਤੁਹਾਡਾ ਵਿਆਹ ਹੋਏਗਾ ਉਸੇ ਟਾਈਮ 'ਤੇ ਹੀ ਉਹਨਾਂ ਦਾ ਵਿਆਹ ਹੋਇਆ। ਸੋ ਕੁਛ ਲੋਕ ਜਿਨ੍ਹਾਂ ਨੂੰ ਜੋਤਿਸ਼ ਦੀ ਜਾਣਕਾਰੀ ਨਹੀਂ ਹੁੰਦੀ, ਨੌਲੇਜ ਨਹੀਂ ਹੁੰਦੀ, ਉਹ ਜੋਤਿਸ਼ ਨੂੰ ਭ੍ਰਾਂਤੀ ਵੀ ਮੰਨ ਲੈਂਦੇ ਆ। ਜਿੱਦਾਂ ਕੁਛ ਦਿਨ ਪਹਿਲਾਂ ਅਸੀਂ ਇੱਕ ਐਪੀਸੋਡ ਦਿਖਾਇਆ ਕਿ ਵੱਖ ਵੱਖ ਰਾਸ਼ੀਆਂ ਨੂੰ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਹੈ ਉਹ ਪਾਣੀ ਦੇ ਵਿੱਚ ਪਾ ਕੇ ਸਨਾਨ ਕਰਨੀ ਚਾਹੀਦੀ ਹੈ। ਸੋ ਪਿਆਰੇ ਦਰਸ਼ਕੋ, ਉਹਦੇ ਬਾਰੇ ਸਾਨੂੰ ਇੱਕ ਕੈਨੇਡਾ ਤੋਂ ਇੱਕ ਸਾਡੇ ਦੋਸਤ ਦਾ ਫੋਨ ਆਇਆ, ਵਿਚਾਰਾ ਬੜਾ ਹੀ ਕਨਫਿਊਜ਼ ਸੀਗਾ। ਤਾਂ ਅਸੀਂ ਲੋਕਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਇੱਕ ਮੂਰਖਤਾ ਭਰੀ ਗੱਲ ਕਰਨ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਉਸ ਵਿਸ਼ੇ ਨੂੰ ਜਾਣਿਆ ਜਾਏ, ਸਮਝਿਆ ਜਾਏ ਅਤੇ ਉਸ ਤੋਂ ਬਾਅਦ ਉਹਦੇ 'ਤੇ ਚਰਚਾ ਕੀਤੀ ਜਾਏ। ਸੋ ਹੁਣ ਇੱਕ ਚੀਜ਼ ਦੱਸਾਂਗੇ ਕਿ 12 ਫਰਵਰੀ ਨੂੰ ਸਾਡੇ ਔਫਿਸ 30G ਸਰਾਭਾ ਨਗਰ ਲੁਧਿਆਣਾ ਬਸੰਤ ਪੰਚਮੀ 'ਤੇ ਅਸੀਂ ਇੱਕ ਵਿਸ਼ੇਸ਼ ਆਯੋਜਨ ਕਰਨ ਜਾ ਰਹੇ ਹਾਂ। ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਹਾਂ ਕਿ ਸਾਡੇ ਹਵਨ ਦੇ ਵਿੱਚ ਸਿਰਫ 300 ਰੁਪੀਸ ਤੋਂ ਸਟਾਰਟ ਹੁੰਦਾ, ਉਹਦੇ 'ਚ ਪਾਰਟੀਸਪੇਟ ਕਰ ਸਕਦੇ ਹਾਂ। ਸੋ ਸਾਰੀ ਡਿਟੇਲ ਤੁਸੀਂ ਸਾਡੇ ਅਖਬਾਰ ਵਾਇਸ ਆਫ ਏਸ਼ੀਅਨ ਦੇ ਵਿੱਚ ਵੀ ਪੜ੍ਹ ਸਕਦੇ ਹੋ ਅਤੇ ਸਾਨੂੰ ਐਡ ਕਰਨ ਦੇ ਲਈ ਸਾਡਾ ਨੰਬਰ 98-726-2533 ਤੁਸੀਂ ਵਟਸਐਪ 'ਤੇ ਐਡ ਕਰ ਸਕਦੇ ਹੋ, ਸਾਨੂੰ ਆਪਣਾ ਨਾਮ, ਕੰਟਰੀ ਨੇਮ ਐਂਡ ਸਿਟੀ ਨੇਮ ਭੇਜ ਸਕਦੇ ਹੋ। ਹੁਣ ਪਿਆਰੇ ਦਰਸ਼ਕੋ, ਅੱਜ ਦਾ ਰਾਸ਼ੀਫਲ। ਮੇਸ਼ ਰਾਸ਼ੀ ਵਾਲੇ ਜਾਤਕ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਹੈ। ਵਰਿਸ਼ ਰਾਸ਼ੀ ਵਾਲੇ ਤੁਹਾਡਾ ਨਾਮ ਮਾਨ ਸਨਮਾਨ ਬਹੁਤ ਹੋਏਗਾ। ਮਿਥੁਨ ਰਾਸ਼ੀ ਵਾਲਿਆਂ ਨੂੰ ਅੱਜ ਦਾ ਦਿਨ ਜਿਹੜਾ ਧਰਮ ਕਰਮ ਦਾ ਮੌਕਾ ਮਿਲੇਗਾ। ਕਰਕ ਰਾਸ਼ੀ ਵਾਲੇ ਟੈਨਸ਼ਨ ਦੂਰ ਹੋਵੇਗੀ। ਸਿੰਘ ਰਾਸ਼ੀ ਵਾਲਿਆਂ ਦੀ ਅੱਜ ਪਿਆਰ ਦੇ ਵਿੱਚ ਸ਼ਾਮਤ ਆ ਸਕਦੀ ਹੈ। ਕੰਨਿਆ ਰਾਸ਼ੀ ਵਾਲੇ ਪੜ੍ਹਾਈ ਦੇ ਮਨ ਚਾਹੇ ਕੋਰਸਿਸ ਦੇ ਵਿੱਚ ਦਾਖਲਾ ਲੈ ਸਕਦੇ ਹੈ। ਤੁਲਾ ਰਾਸ਼ੀ ਵਾਲੇ ਬਹੁਤ ਹੀ ਅੱਜ ਘਬਰਾਹਟ ਮਹਿਸੂਸ ਹੋਏਗੀ। ਵਰਿਸ਼ਚਿਕ ਰਾਸ਼ੀ ਵਾਲੇ ਸਫ਼ਰ ਧਿਆਨ ਦੇ ਨਾਲ ਕਰਨ, ਜੇਬ ਕੱਟੀ ਜਾ ਸਕਦੀ ਹੈ। ਧਨੂ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਦਾ ਸਤਾਰਾ ਬਹੁਤ ਵਧੀਆ ਹੈ। ਮਕਰ ਰਾਸ਼ੀ ਵਾਲਿਆਂ ਨੂੰ ਅੱਜ ਨੌਕਰੀ ਦੇ ਵਿੱਚ ਤਰੱਕੀ ਮਿਲ ਸਕਦੀ ਹੈ। ਕੁੰਭ ਰਾਸ਼ੀ ਵਾਲੇ ਪੁਰਾਣੇ ਦੁਸ਼ਮਣ ਜਾਗ ਸਕਦੇ ਹੈ ਅਤੇ ਮੀਨ ਰਾਸ਼ੀ ਵਾਲੇ ਪਿਤਾ ਜੀ ਦੀ ਮਦਦ ਦੇ ਨਾਲ ਕੋਈ ਵੱਡਾ ਕੰਮ ਸਿਰੇ ਚੜ੍ਹ ਸਕਦਾ ਹੈ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਵਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 'ਤੇ, ਵਟਸਐਪ ਨੰਬਰ 9872620533। ਆਉਣ ਤੋਂ ਪਹਿਲਾਂ ਸਮਾਂ ਜ਼ਰੂਰ ਲੈ ਲਿਓ ਅਤੇ ਜਾਣ ਤੋਂ ਪਹਿਲਾਂ ਅਸੀਂ ਕਹਾਂਗੇ ਸਭ ਤੋਂ ਵੱਡਾ ਦਰਜਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾ ਦੇ ਦੱਸੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ,
ਤਕਦੀਰ ਬਹੁਤ ਵਧੀਆ ਹੋ ਜੂਗੀ ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ ਨਸ਼ਿਆਂ ਤੋਂ ਪਰਹੇਜ਼ ਕਰਿਓ 10 ਬੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ ਤੁਹਾਡੀ ਸਾਰੀ ਲਾਈਫ ਬਹੁਤ ਵਧੀਆ ਹੋ ਜੂਗੀ ਕੱਲ੍ਹ ਫਿਰ ਮਿਲਾਂਗੇ ਨਮਸਕਾਰ